अज सिख कौम की बहुत वड्डी मीटिंग हुई है जिदे विच फैसला होया कि जिहड़े बंदी सिंह हकूमत ने 30-30 साल तो अंदर किए गए है उन्होंने हुण आपां ने जरूर कढ़ाउणा है। बेशक मोर्चा लग जे जा हकूमत सुलह दे नाल सारयां नूं रिहा करा दे, जो करके अज सिख पुछ रहे है कि जे आज़ादी दे लई सिखां ने सब तो ज़्यादा कुर्बानियां कीतियां ते फिर सिख दी सुनाई क्यों नहीं हो रही। ये साडे दिलां दे विच गल पौंदी है और असीं चाहुंदे हैं कि जे हिंदुत्वा सानूं हुण नहीं नाल रखना चाहुंदी फिर SGPC दा इस हॉल तेजा सिंह समुंदरी हॉल दे विच 19 साल दा मता सर्वसम्मति दे नाल पास होया सीगा। ते अज मैं हाउस नूं अपील कीती है कि इस नूं फिर तो सुरजीत कीता जावे, क्यों करके साडी जिंदगी अज हराम दी है। जे असीं पाकिस्तान दे विच है ਤਾਂ ਅਸੀਂ ਮੁਸਲਮਾਨ ਦੇ ਗੁਲਾਮ ਹੈ, ਜੇ ਅਸੀਂ ਇੰਡੀਆ ਦੇ ਵਿੱਚ ਹੈ ਤਾਂ ਅਸੀਂ ਹਿੰਦੂ ਦੇ ਗੁਲਾਮ ਹੈ। ਅਸੀਂ ਆਪਣੀਆਂ ਗੁਲਾਮੀ ਦੀਆਂ ਜਿਹੜੀਆਂ ਚਿੰਨ੍ਹ ਹੈ ਇਹਨਾਂ ਨੂੰ ਤੋੜ ਦੇਣਾ ਚਾਹੁੰਦੇ ਹਾਂ ਔਰ ਆਜ਼ਾਦ ਹੋਣਾ ਚਾਹੁੰਦੇ ਹਾਂ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਮੁੰਦਰੀ ਹਾਲ ਦੇ ਵਿੱਚ ਤਸਵੀਰ ਵੱਡੀ ਪੇਂਟਿੰਗ ਜ਼ਰੂਰ ਲੱਗਣੀ ਚਾਹੀਦੀ ਹੈ। ਅਤੇ 1925 ਦੇ ਵਿੱਚ SGPC ਸਥਾਪਤ ਕਾਨੂੰਨ ਦੇ ਰਾਹੀਂ ਹੋਈ ਸੀਗੀ, ਇਹਦੇ ਇਲੈਕਸ਼ਨ ਹਰੇਕ 5 ਸਾਲ ਤੋਂ ਬਾਅਦ ਹੋਣੇ ਚਾਹੀਦੇ ਹੈ ਪਰ 11 ਸਾਲ ਜਸਟ ਜੇ ਤਾਂ ਤੂੰ ਬੋਲਣਾ ਮੈਂ ਬੋਲ ਜੇ ਨਹੀਂ ਮੇਰੀ ਗੱਲ ਨਹੀਂ ਮਾਮਾ ਸਾਹਿਬ ਬੋਲੋ ਬੋਲੋ ਵੇਤ ਵੇਤ ਨਹੀਂ ਬੋਲੀ ਦਾ ਬੋਲੋ ਬੋਲੋ ਮਾਮਾ ਸਾਹਿਬ ਕੋਈ ਗੱਲ ਨਹੀਂ ਚਲੋ ਪ੍ਰਧਾਨ ਸਾਹਿਬ ਗੱਲ ਆਪਾਂ SGPC ਦੀ ਗੱਲ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਪੁੱਛ ਲਿਓ ਜੀ ਜੀ ਮਾਮਾ ਸਾਹਿਬ ਬੋਲੋ ਜੀ ਹਾਂ SGPC ਕਾਨੂੰਨ ਦੇ ਰਾਹੀਂ 1925 ਦੇ ਵਿੱਚ ਸਥਾਪਿਤ ਹੋਈ ਸੀ ਤੇ ਇਹਦੀਆਂ ਇਲੈਕਸ਼ਨਾਂ ਹਰੇਕ 5 ਸਾਲ ਤੋਂ ਹੁੰਦੀਆਂ ਪਰ ਸੈਂਟਰ ਨੇ 11 ਸਾਲ ਤੋਂ ਸਿੱਖ ਕੌਮ ਦੀ ਜਮਹੂਰੀਅਤ ਦੇ ਉੱਤੇ ਛਾਪਾ ਮਾਰਿਆ ਹੋਇਆ ਹੈ ਅਤੇ ਸਾਡੀ SGPC ਦੇ ਇਲੈਕਸ਼ਨਸ ਨਹੀਂ ਹੁੰਦੇ। ਅਸੀਂ ਸਿੱਖ ਸਮਝਦੇ ਹਾਂ ਕਿ ਜਮਹੂਰੀਅਤ ਜਿਹੜੀ ਚੀਜ਼ ਹੈ ਜੋ ਸਾਡਾ ਇੱਕ ਅੰਗ ਹੈ ਸਿੱਖਾਂ ਦਾ ਉਹਦੀ ਖੁਰਾਕ ਹੈ ਇਲੈਕਸ਼ਨਸ ਅਤੇ ਸਾਨੂੰ ਜਮਹੂਰੀਅਤ ਵੱਲੋਂ ਹਿੰਦ ਹਕੂਮਤ ਨੇ ਵਾਂਝਾ ਕਿਉਂ ਕੀਤਾ ਗਿਆ ਹੁਣ ਤੁਸੀਂ ਪੁੱਛੋ ਕੀ ਕਰਨਾ।